ਕਿੰਨਾ ਚਿਰ ਜਿਹੜਾ ਰੈੱਡ ਕ੍ਰਾਸ ਤੁਸੀਂ ਹੁਣ ਲੱਗ ਕੇ ਨਸ਼ਾ ਕਰਨ ਦੇ ਹੋ ਅਤੇ ਮੈਂ ਚੱਲ ਨਹੀਂ ਕਰਨ ਦਿਆ, ਮੈਂ ਛੱਡਣ ਆਇਆ ਵਾਂ, ਕਿਸੇ ਲਈ ਆਪਣਾ ਮਨ ਵੀ ਭੜਕ ਜਾਂਦਾ ਆ, ਮੈਂ ਤਾਂ ਆਪ ਤੋਂ ਛੱਡ ਕੇ ਆ ਗਿਆ। ਮੈਨੂੰ ਬੱਬੇ ਵਾਲੀ ਭੇਜੋ, ਮੈਨੂੰ ਪਤਾ ਵੀ ਰਾਣਾ ਸੁੰਡਲਾਂ ਵਾਲਾ ਰਹਿ ਕੇ ਗਿਆ ਇੱਥੇ ਬੱਬੇ ਵਾਲੀ, ਇੱਥੇ ਸਾਰਾ ਕੁਝ ਮਿਲ ਜਾਂਦਾ। ਗੱਲ ਬਿਲਕੁਲ ਗਲਤ ਹੈ। ਰੈੱਡ ਕ੍ਰਾਸ ਨਸ਼ਾ ਛਡਾਓ ਕੇਂਦਰ ਗੁਰਦਾਸਪੁਰ ਆਪਣੇ ਉੱਤਮ ਕੰਮਾਂ ਕਰਕੇ ਅਤੇ ਪੂਰੇ ਵਿਸ਼ਵ ਦੇ ਵਿੱਚ ਐਨ ਆਪਣੀ ਹੋਂਦ ਪੈਦਾ ਕੀਤੀ ਹੈ। ਇੱਥੋਂ 1,00,000 ਤੋਂ ਵੱਧ ਨੌਜਵਾਨ ਠੀਕ ਹੋ ਕੇ ਗਿਆ। ਇਹ ਕੁਛ ਜਿਹੜੀ ਸ਼ਿਕਾਇਤਾਂ ਨੇ ਇਹ ਉਹ ਵਿਅਕਤੀ ਕਰਦੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਇੱਥੇ ਨਸ਼ਾ ਉਪਲਬਧ ਨਹੀਂ ਹੁੰਦਾ, ਜਿਹੜੇ ਕਿ ਇੱਥੋਂ ਕੋਈ ਨਾ ਕੋਈ ਬਹਾਨਾ ਮਾਰ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜੋ ਇਸ ਸੈਂਟਰ ਨੂੰ ਬਦਨਾਮ ਕੀਤਾ ਜਾ ਸਕੇ। ਐਸੀ ਕੋਈ ਗੱਲ ਨਹੀਂ ਹੈ, ਇੱਥੇ ਸਿਗਰਟ ਬੀੜੀ ਚੱਲਦੀ ਹੈ, ਬਾਹਰ ਪੁਲਿਸ ਸਿਕਿਉਰਿਟੀ ਲੱਗੀ ਹੈ, ਉਹ ਸਾਰੀ ਚੈਕਿੰਗ ਕਰਕੇ ਇੱਥੇ ਹਰ ਆਦਮੀ ਨੂੰ ਭੇਜਦੀ ਹੈ। ਈਵਨ ਲੇਡੀ ਪੁਲਿਸ ਵੀ ਹੈ ਜਿਹੜੇ ਕਿ ਲੇਡੀਜ਼ ਦੇ ਪਰਸ ਵਗੈਰਾ ਚੈੱਕ ਕਰਕੇ ਭੇਜਦੀ ਹੈ। ਇਹ ਡਿਸਗਰੰਟਲ ਆਦਮੀ ਜਿਹੜੇ ਕਿ ਇੱਥੇ ਨਸ਼ੇ ਨੂੰ ਨਸ਼ੇ ਤੋਂ ਬਗੈਰ ਰਹਿ ਨਹੀਂ ਸਕਦੇ, ਉਹਨਾਂ ਵੱਲੋਂ ਮਗਰ ਕਹਾਣੀ ਕੀਤੀ ਗਈ ਹੈ। ਮੈਂ ਇਸ ਨੂੰ ਪੂਰੀ ਇਹਨੂੰ ਇਸ ਖਬਰ ਨੂੰ ਪੂਰੀ ਡਿਨਾਈ ਕਰਦਾ। ਇਹ ਬਿਲਕੁਲ ਗਲਤ ਹੈ, ਬਿਲਕੁਲ ਝੂਠੀ ਖਬਰ ਹੈ। ਉਹੀ ਵਿਅਕਤੀ ਨੂੰ ਮੈਂ ਫਿਰ ਮੁੜ ਕਹਾਂਗਾ, ਉਹੀ ਵਿਅਕਤੀ ਨੇ ਜਿਹੜੇ ਕਿ ਨਸ਼ਾ ਨਹੀਂ ਛੱਡਣਾ ਚਾਹੁੰਦੇ, ਉਹੀ ਵਿਅਕਤੀ ਇਹੋ ਜਿਹੇ ਬਿਆਨ ਦੇ ਰਹੇ। ਉਹ ਜਨਾਨੀ ਬਹੁਤ ਝੂਠ ਬੋਲਦੀ ਹੈ। ਉਹਦਾ ਵੱਡਾ ਭਰਾ ਪਹਿਲਾਂ ਆਪਣਾ ਵੱਡਾ ਮੁੰਡਾ ਵੀ ਲੈ ਕੇ ਆਏ ਸੀਗੀ ਅਤੇ ਉਹ ਵੀ 2 ਦਿਨ ਰਿਹਾ ਸੀਗਾ ਅਤੇ ਗਲਤ ਐਲੀਗੇਸ਼ਨ ਲਾਉਣ ਦੀ ਉਹ ਹੈਪਫੁਲ ਹੈ। ਇਹਦੇ ਮੁੰਡੇ ਦੀ ਮੈਂ ਤੁਹਾਨੂੰ ਵੀਡੀਓ ਦੱਸਦਾ, ਜਿਹੜਾ ਮੇਰੇ ਉਹਦੀ ਵਾਈਫ ਦੀ ਵੀ ਅਤੇ ਉਹਦੀ ਵੀ ਮੇਰੇ ਨਾਲ ਰੋਜ਼ ਟਾਕ ਹੁੰਦੀ ਹੈ। ਉਹ ਤਾਂ ਜਿਹੜੀ ਵਾਈਫ ਹੈ ਉਹਦੀ ਮਰਦੀ, ਉਹ ਤਾਂ ਬਹੁਤ ਸਿਫਤਾਂ ਕਰਦੀ ਹੈ ਸੈਂਟਰ ਦੀ। ਮੈਂ ਹੁਣੇ ਉਹਦੀ ਵੀਡੀਓ ਕਲਿੱਪ ਦਿੰਦਾ।